ਕਿੱਥੇ ਗਿਆ? ਇਸਲਾਮਾਬਾਦ ਲੋਕ ਵਿਰਸਾ 'ਚ ਸਾਰੇ ਉੱਥੇ ਫਨਕਾਰ ਹੁੰਦੇ ਸੀਗੇ, ਸਾਡੇ ਵਰਗਿਆਂ ਨੂੰ ਵੀ ਸੱਦ ਲੈਂਦੇ ਹੁੰਦੇ ਸੀ। ਸਾਰਿਆਂ ਨੇ ਕਿਸੇ ਨੇ ਕੁਛ ਦੱਸਿਆ, ਕਿਸੇ ਨੇ ਕੁਛ ਦੱਸਿਆ, ਮੇਰੀ ਵੀ ਵਾਰੀ ਆ ਗਈ। ਹਾਂ ਬਈ, ਇਹ ਉਦੋਂ ਜਵਾਨ ਕਿਉਂ ਸੀ? ਮੈਂ ਕਿਹਾ ਜੀ, ਇਹ ਵਿਰਸਾ ਕਹਿੰਦੇ ਆ ਪੁਰਾਣੀ ਚੀਜ਼ ਨੂੰ, ਪੁਰਾਣੇ ਰਾਗ ਆ। ਇਹਦੇ ਵਿੱਚ ਸੂਰਮਿਆਂ ਦੀਆਂ ਵਾਰਾਂ ਸਾਡੇ ਉਸਤਾਦ ਗਾਉਂਦੇ ਸੀ। ਜਦੋਂ ਸਾਡੇ ਉਸਤਾਦਾਂ ਨੇ ਕਹਿਣਾ ਦੁੱਲਾ ਪੱਟੀ, ਤੇ ਮੁੰਡੇ ਵੀ ਮੁੱਛਾਂ ਨੂੰ ਵੱਟ ਦਿੰਦੇ ਸੀਗੇ, ਮੁੰਡੇ ਵੀ ਜਵਾਨ ਹੁੰਦੇ ਸੀ। ਇਸ ਪਿੰਡ 'ਚ ਮੈਂ ਛੋਟਾ ਹੁੰਦਾ ਵੀ ਉਸਤਾਦ ਦੇ ਨਾਲ ਆਇਆ। ਉਦੋਂ ਜਨਾਬ ਇੱਧਰ ਖਾਲਿਆਂ 'ਤੇ ਮੁੰਡੇ ਜਾਂਦੇ ਹੁੰਦੇ ਸੀ ਸਾਬਣ ਤੇਲ ਲੈ ਜਾਣਾ। ਤੇਲ ਕੀ ਕਰਦੇ ਸੀਗੇ? ਵਰਜਿਸ਼ ਕਰਦੇ ਸੀ। ਅਤੇ ਉਹ ਹੁਣ ਦੇਖਦਿਆਂ ਦੇਖਦਿਆਂ ਦੌਰ ਬਦਲ ਗਿਆ, ਹੁਣ ਦੌਰ ਇਹ ਆ ਗਿਆ। ਹੁਣ ਤੁਹਾਨੂੰ ਪਤਾ ਹੀ ਆ, ਮੇਰੇ ਤਾਂ ਕਹਿਣ ਦੀ ਕੋਈ ਗੱਲ ਹੀ ਨਹੀਂ। ਮੁੰਡਿਆਂ ਨੇ ਤੇਲ ਮਲਣਾ, ਵਰਜਿਸ਼ ਕਰਨੀ। ਹੁਣ ਸਾਰੀ ਰਾਤ ਤਾਂ ਮੈਂ ਕਿਹਾ ਜੀ, ਮੁੰਡਾ ਕੇਬਲ ਦੇਖਦਾ ਰਹਿੰਦਾ, ਸਵੇਰ ਨੂੰ ਮੁੰਡੇ ਦੇ ਪੱਲੇ ਕੱਖ ਨਹੀਂ ਹੁੰਦਾ, ਮੁੰਡਾ ਉੱਠਣ ਜੋਗਾ ਹੀ ਨਹੀਂ ਰਹਿੰਦਾ। ਇਹ ਹੁਣ ਜਵਾਨ ਨਹੀਂ ਪੈਦਾ ਹੁੰਦੇ, ਉਦੋਂ ਜਵਾਨ ਪੈਦਾ ਹੁੰਦੇ ਸੀ। ਲਓ ਜਨਾਬ, ਗੱਲ ਇਹ ਆ, ਦੁੱਲੇ ਭੱਟੀ ਦਾ ਵੈਰ ਪੈ ਗਿਆ ਅਕਬਰ ਬਾਦਸ਼ਾਹ ਦੇ ਨਾਲ। ਕਿਸ ਗੱਲ ਤੋਂ? ਇਹ ਜਿਹੜੇ ਰਾਜਪੂਤ ਸੀਗੇ ਪਿੰਡੀ ਭੱਟੀਆਂ ਦੇ, ਹੁਣ ਇਹਦੇ 'ਚ ਝੂਠ ਸੱਚ ਦਾ ਨਿਤਾਰਾ ਬਿਲਕੁਲ ਕੰਪਿਊਟਰ ਸਿਸਟਮ ਆ ਗਿਆ, ਬਾਹਰ ਆ ਗਿਆ, ਸਾਹਮਣੇ ਆ ਗਿਆ। ਦੁੱਲਾ 1599 ਦੇ ਵਿੱਚ ਦੁੱਲਾ ਭੱਟੀ ਹੋਇਆ। ਹੁਣ ਦੁੱਲੇ ਦੀ ਤਸਵੀਰ ਵੀ ਆ ਗਈ, ਕੋਈ ਬੰਦਾ ਦੇਖ ਲਓ ਪਿੰਡੀ ਭੱਟੀਆਂ ਦੇ ਵਿੱਚ ਚੌਕ 'ਚ ਲੱਗੀ ਆ। ਅਤੇ ਦੁੱਲਾ ਬੜਾ ਜਵਾਨ ਸੀਗਾ, ਅਤੇ 7 ਫੁੱਟ 3 ਇੰਚ ਦੁੱਲੇ ਦਾ ਕੱਦ ਸੀਗਾ। ਏਡੇ ਏਡੇ ਜਵਾਨ ਪੈਦਾ ਹੁੰਦੇ ਸੀ। ਅਕਬਰ ਬਾਦਸ਼ਾਹ ਨੇ ਕਿਹਾ ਸੀਗਾ ਵੀ ਸਲਾਮ ਕਰੋ, ਮੈਂ ਮੌਕਾ ਦਾ ਹੁਕਮਰਾਨ ਆ। ਇਹਦੇ ਵੱਡਿਆਂ ਨੇ ਕਿਹਾ ਵੀ ਤੂੰ ਅੱਜ ਬਾਦਸ਼ਾਹ, ਕੱਲ੍ਹ ਨੂੰ ਪਤਾ ਨਹੀਂ ਤੇਰਾ ਕੀ ਬਣ ਜਾਣਾ, ਅਸੀਂ ਜਗੀਰਾਂ ਦੇ ਮਾਲਕ ਹਾਂ। ਇਹ ਕੋਈ ਭੁੱਖੇ ਨੰਗੇ ਰਾਜਪੂਤ ਨਹੀਂ ਸੀਗੇ, ਇਹ ਤਾਂ ਜਨਾਬ ਜਗੀਰਾਂ ਦੇ ਮਾਲਕ ਸੀਗੇ। ਅਕਬਰ ਬਾਦਸ਼ਾਹ ਨੇ ਦੁੱਲੇ ਦਾ ਬਾਪ, ਦੁੱਲੇ ਦਾ ਦਾਦਾ ਫਾਂਸੀ ਦੇ ਦਿੱਤਾ ਸੀਗਾ ਵੀ ਜਾਂ ਮੈਨੂੰ ਸਲਾਮ ਕਰੋ। ਉਹਨਾਂ ਨੇ ਕਿਹਾ ਸਾਡੀ ਸ਼ਾਨ ਤੋਂ ਖਿਲਾਫ਼ ਤੈਨੂੰ ਸਲਾਮ ਕਰਨਾ। ਹੁਣ ਦੁੱਲਾ ਉਦੋਂ ਬਚਪਨ ਸੀਗਾ, ਜਦੋਂ ਦੁੱਲੇ ਨੇ ਪਤਾ ਲੱਗਾ, ਦੁੱਲੇ ਨੇ ਕਿਹਾ ਪਿਓ ਦਾ ਬਦਲਾ ਲੈਣਾ ਇਸ ਬਾਦਸ਼ਾਹ ਕੋਲ। ਲਓ ਜੀ, ਫਿਰ ਦੁੱਲੇ ਨਵਾਬ ਨੇ ਛੋਟੇ ਛੋਟੇ ਡਾਕੇ ਮਾਰਨੇ ਸ਼ੁਰੂ ਕੀਤੇ। ਕਿਉਂ? ਉਹਨੇ ਕਿਹਾ ਮੇਰੀਆਂ ਰਿਪੋਰਟਾਂ ਅਕਬਰ ਬਾਦਸ਼ਾਹ ਦੇ ਕੋਲ ਜਾਣ, ਅਕਬਰ ਬਾਦਸ਼ਾਹ ਚੜ੍ਹਾਈ ਕਰੇ, ਮੈਂ ਅਕਬਰ ਬਾਦਸ਼ਾਹ ਦਾ ਸਿਰ ਕਲਮ ਕਰਨਾ। ਉਹ ਦੌਰ ਐਸਾ ਸੀਗਾ, ਬਾਦਸ਼ਾਹ ਵੀ ਜੰਗ ਦੇ ਵਿੱਚ ਸ਼ਾਮਿਲ ਹੁੰਦੇ ਸੀ। ਕਦੇ ਕਦੇ ਪੁਰਾਣੀਆਂ ਫਿਲਮਾਂ ਆਉਂਦੀਆਂ ਸੀਆਂ, ਬਾਦਸ਼ਾਹ ਵੀ ਵਿੱਚ ਜੰਗ ਦੇ ਹੁੰਦੇ ਸੀ। ਦੁੱਲੇ ਨੇ ਕਿਹਾ ਮੈਂ ਪਿਓ ਦਾ ਬਦਲਾ ਲੈਣਾ। ਲਓ ਜੀ, ਇਸ ਤੋਂ ਦੁੱਲੇ ਨੇ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ। ਅਕਬਰ ਬਾਦਸ਼ਾਹ ਦੇ ਕੋਲ ਦੁੱਲੇ ਦੀਆਂ ਰਿਪੋਰਟਾਂ ਚੱਲ ਗਈਆਂ। ਅਕਬਰ ਬਾਦਸ਼ਾਹ ਨੇ ਮਿਰਜ਼ੇ ਨਿਜ਼ਾਮਦੀਨ ਨੂੰ 500 ਜੰਗੀ ਸੂਰਮਾ ਦੇ ਕੇ ਤੋਰਿਆ ਕਿ ਦੁੱਲੇ ਨਵਾਬ ਨੂੰ ਪਕੜ ਕੇ ਇਸ ਤਰ੍ਹਾਂ ਮੇਰੇ ਦਰਬਾਰ 'ਚ ਪੇਸ਼ ਕਰ। ਲਓ ਜੀ, ਮਿਰਜ਼ੇ ਨਿਜ਼ਾਮਦੀਨ ਨੇ 400-500 ਜੰਗੀ ਸੂਰਮਾ ਲੈ ਕੇ ਪਿੰਡੀ ਭੱਟੀਆਂ ਨੂੰ ਘੇਰਾ ਪਾ ਲਿਆ। ਸੁਬਾਹ ਦਾ ਟਾਈਮ ਹੋਇਆ, ਦੁੱਲੇ ਜਵਾਨ ਨੇ ਜਦੋਂ ਉੱਠ ਕੇ ਦੇਖਣ ਲੱਗਾ, ਚਾਰ ਚੁਫੇਰੇ ਫੌਜਾਂ ਦੇ ਤੰਬੂ ਲੱਗੇ। ਦੁੱਲੇ ਨੂੰ ਪਤਾ ਲੱਗ ਗਿਆ ਵੀ ਦੁਸ਼ਮਣ ਮੇਰੀ ਜਾਣਦੇ ਆ। ਉਸੇ ਵੇਲੇ ਨਜੂਮੀ ਦੇ ਪਾਸ ਗਿਆ, ਕਹਿੰਦਾ ਮੀਆਂ ਜੀ, ਕਿਤਾਬ ਖੋਲ੍ਹ ਕੇ ਦੇਖੋ, ਹਿਸਾਬ ਲਾ ਕੇ ਦੱਸੋ ਮੇਰੀ ਜੇਤ ਹੈ ਕਿ ਹਾਰ ਆ। ਨਜੂਮੀ ਨੇ ਕਿਤਾਬ ਖੋਲ੍ਹੀ, ਹੁਣ ਕਿਹਾ ਦੁੱਲਿਆ 3 ਦਿਨ ਤੇਰੀ ਹਾਰਦੇ ਆ, ਚੌਥੇ ਦਿਨ ਜਿਵੇਂ ਮਰਜ਼ੀ ਮੈਦਾਨ 'ਚ ਗੱਜ ਕੇ ਚੱਲ ਜਾਈ, ਅੱਗੋ ਗਿਆ ਤੇਰੀ ਹਾਰ ਆ। ਆ ਜਾ ਬਈ, ਸੂਰਮੇ ਦੇ ਕੰਨ ਵੈਰੀ ਹੁੰਦੇ ਆ। ਦੁੱਲਾ ਨਵਾਬ ਢਿੱਲਾ ਜਿਹਾ ਹੋ ਕੇ ਘਰ ਨੂੰ ਤੁਰਿਆ ਆਉਂਦਾ, ਉੱਧਰ ਦੁੱਲੇ ਦੀ ਮਾਂ ਨੇ ਕੋਠੇ 'ਤੇ ਚੜ੍ਹ ਕੇ ਦੇਖਿਆ, ਫੌਜਾਂ ਦੇ ਤੰਬੂ ਲੱਗੇ। ਜਦੋਂ ਬਜ਼ਾਰੇ ਬਜ਼ਾਰ ਦੁੱਲਾ ਵੀ ਤੁਰਿਆ ਆਉਂਦਾ, ਮਾਂ ਲੱਗੀ ਪੁੱਛ, ਉਸੇ ਵੇਲੇ ਪੁੱਛਣ ਲੱਗੀ, ਦੁੱਲਿਆ ਕਿੱਥੋਂ ਆਇਆ? ਦੁੱਲਾ ਕਿਹੜੇ ਜਵਾਬ ਕਰਕੇ ਦੱਸਦਾ?
ਜ਼ਾਰਿਬ ਜ਼ਰਦੁੱਲਾ ਆ ਗਿਆ।